ਜੋ ਜੀ ਜਨਾਬ ਅਸਾਂ ਫਾਈਨਲੀ ਕਰਤਾਰਪੁਰ ਨੀ ਪਾਰਕਿੰਗ ਹੀ ਪਹੁੰਚੇ ਆਏ ਹਾਂ। ਅਸਲਾਮ ਵਾਲੇਕੁਮ ਜੀ, ਉਮੀਦ ਕਰਦੇ ਹਾਂ ਜੀ ਸਾਰੇ ਭੈਣ ਭਰਾ ਠੀਕ ਹੋਸੋ ਜੀ, ਵੱਲ ਹੋਸੋ। ਮੈਂ ਆਸਮ ਹੁਸੈਨ, ਦੇਸੀ ਕਸ਼ਮੀਰੀ, UK ਨਾਲ। ਅੱਜ ਅਸਾਂ ਜਨਾਬ ਇੱਕ ਨਵੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਨਾਬ। ਅੱਜ ਅਸਾਂ ਜਾਈ ਰਹੇ ਹਾਂ ਜਨਾਬ ਕਰਤਾਰਪੁਰ, ਬੀਰਾ ਵੀ ਤਾਂ ਕਿਸੇ ਨੇ ਰੈਡੀ ਹੋਏਗੀ ਹੈ। ਇਹ ਹੈ ਗੁਰੂ ਨਾਨਕ ਸਾਹਿਬ ਜਿਹੜਾ ਕਰਤਾਰਪੁਰ ਕੋਰੀਡੋਰ ਮੰਨਤੇ ਆ ਜਨਾਬ। ਆਈ ਉਹ ਅਸਾਂ ਜੁਲਨੇ ਹਾਂ ਉੱਥੇ, ਤਾਂ ਤੁਸਾਂ ਕੀ ਉੱਥੇ ਦਾ ਵਿਊ ਦੱਸਣੀ ਆ। ਉਮੀਦ ਅਸਾਂ ਸਾਰੇ ਭੈਣ ਭਰਾਵਾਂ ਕੀ ਬੜਾ ਪਸੰਦ ਦੱਸਦੇ। ਜਨਾਬ ਮੋਟਰਵੇ ਹੈ M11, ਜਿੱਥੇ ਕਿਸੇ ਨੇ ਜ਼ਬਰਦਸਤ ਰੋਡ ਹੈ। ਤਕਰੀਬਨ ਅਸਾਂ ਨਾਰੋਵਾਲ ਤੱਕ ਕੋਲ ਪਹੁੰਚਣ ਵਾਲੇ ਹਾਂ। ਜਨਾਬ ਇਹ ਤੱਕ ਸਕਦੇ ਹੋ ਅਸਾਂ ਨਾਰੋਵਾਲ ਸ਼ਹਿਰ ਪਹੁੰਚੇ ਆਏ ਹਾਂ। ਇਹ ਬਰਾਰੋ ਇਲਾਕੇ ਦਾ ਇਲਾਕਾ ਜਨਾਬ, ਬਸ ਕਰਤਾਰਪੁਰ ਥੋੜ੍ਹਾ ਰਹੀ ਗਿਆ, ਤਕਰੀਬਨ 20 ਕਿਲੋਮੀਟਰ ਹੋ ਰਹੀ ਗਿਆ ਵੈ, ਤਾਂ ਫਿਰ ਉੱਥੇ ਪਹੁੰਚੀ ਦਾ ਸੋਣਾ ਗੱਲਬਾਤ ਕਰਨੇ ਆ। ਜਨਾਬ ਅਸਾਂ ਕਰਤਾਰਪੁਰ ਪਹੁੰਚੇ ਆਏ ਹਾਂ ਜਨਾਬ। ਕਰਤਾਰਪੁਰ ਰੋਡ ਹੈ, ਅੱਗੇ ਤੱਕ ਚੈੱਕ ਪੋਸਟ ਹੈ ਜਨਾਬ। ਇੱਥੇ ਹੁਣ ਅਸਾਂ ਕੈਮਰੇ ਕੀ ਜ਼ਰਾ ਬੰਦ ਕਰ ਸਕੋ, ਕਿਉਂਕਿ ਚੈੱਕ ਪੋਸਟ ਆਈ ਗਈ ਹੈ। ਅਸਾਂ ਦੋ ਚੈੱਕ ਪੋਸਟਾਂ ਚੈੱਕ ਕਰਾਈ ਚੁੱਕੇ ਹਾਂ, ਤਾਂ ਇਹ ਅੱਗੇ ਤੁਸੀਂ ਨਜ਼ਰ ਆਈ ਦੀ ਹੈ, ਤਰੀ ਆਈ ਗਈ ਹੈ ਚੈੱਕ ਪੋਸਟ, ਤਾਂ ਸਹੀ ਬਹੁਤ ਜ਼ਿਆਦਾ ਸਖਤੀ ਹੈ। ਤੁਹਾਨੂੰ ਕੋਲ ਆਈਡੀ ਕਾਰਡ, ਆਪਣਾ ਸ਼ਨਾਤੀ ਕਾਰਡ ਲਾਜ਼ਮੀ ਹੈ। ਅਸਾਂ ਫਾਈਨਲੀ ਕਰਤਾਰਪੁਰ ਨੀ ਪਾਰਕਿੰਗ ਹੀ ਪਹੁੰਚੇ ਆਏ ਹਾਂ। ਤਾਂ ਹੁਣ ਜਾਸਾਂ ਇੱਥੇ ਅਸੀਂ ਚੈਕਿੰਗ ਹੋ ਸੀ, ਸਕੈਨਿੰਗ ਹੋ ਸੀ, ਤਾਂ ਸਕੈਨਿੰਗ ਕਰਾਉਣੇ ਆ, ਤਾਂ ਫਿਰ ਤੁਸੀਂ ਅੱਗੇ ਕਰਤਾਰਪੁਰ ਦਾ ਨਜ਼ਾਰਾ ਦੱਸਣਾ। ਜਨਾਬ ਮੈਂ ਬਹਿ ਗਏ ਹਾਂ ਕਰਤਾਰਪੁਰ ਨੀ ਗੱਡੀ ਉੱਪਰ, ਜੁਲੇ ਹਾਂ ਅੱਗੇ ਕਰਤਾਰਪੁਰ ਸਾਹਿਬ ਬਹਿ ਰਹੇ ਹਾਂ, ਤਾਂ ਪਿੱਛੋਂ ਜਿਹੜਾ ਕੈਮਰਾ ਮਾਨ ਸਹੀ ਦੱਸਿਆ ਗੱਡੀ ਵੀਰਾ ਜਨਾਬ, ਮੈਂ ਗੱਡੀ ਚੱਲੀ ਵੀ ਹੈ ਤੱਕੀ ਸਕਦੇ ਹਾਂ ਜਨਾਬ। ਗੱਡੀ ਅਸੀਂ ਬੈਠੇ ਹਾਂ, ਬੜੀ ਠੰਡੀ ਹਵਾ ਚੱਲ ਰਹੀ ਹੈ ਵੀ ਲੱਗੀ ਵੀ। ਉਹ ਦੇਖੋ ਜੀ, ਉੱਥੇ ਦੂਰੋਂ ਕਰਤਾਰਪੁਰ ਸਾਹਿਬ ਨਜ਼ਰ ਆ ਹੀ ਰਿਹਾ ਉਸ ਦੇਖੋ, ਸਾਹਮਣੇ ਬਿਲਡਿੰਗ ਹੈ ਕਰਤਾਰਪੁਰ ਦੀ। ਅਸਾਂ ਬਿਲਕੁਲ ਕਰਤਾਰਪੁਰ ਪਹੁੰਚਿਆ ਜੀ, ਬਾਹਰੋਂ ਨਜ਼ਾਰਾ ਤੇ ਸਾਹਿਬ ਲੱਗੇ ਆ ਬੱਸ ਸਟਾਪ। ਜਨਾਬ ਤੱਕ ਹੀ ਸਕਦੇ ਹੋ ਜਿਸਰਾ ਕਿ ਅੰਦਰ ਅਸਾਂ ਕਰਤਾਰਪੁਰ ਨੇ ਅੰਦਰ ਦਾਖਲ ਲਈ ਆਏ ਹਾਂ, ਤਾਂ ਇਹ ਤੁਹਾਨੂੰ ਕਿ ਵਿਊ ਦੱਸਣੇ ਆ ਵੀ ਲੱਗੇ ਅੰਦਰ ਨੂੰ ਜੀ, ਜਿਹੜੀ ਪੂਰੀ ਦਰਬਾਰ ਹੈ ਉਸਨੂੰ ਲੱਗੀ ਸਕਦੇ ਹਾਂ ਜਨਾਬ। ਕਿਤਨੀ ਸੋਹਣੀ ਮੰਨਤੀ ਹੈ, ਬੜੀ ਸਫਾਈ ਹੈ, ਸਭ ਕੁਝ ਸਾਰਾ ਸਿਸਟਮ ਜ਼ਬਰਦਸਤ ਕੀਤੇ ਹਨ ਇੱਥੇ। ਸਿਹੜੋ ਫੋਟੋ ਚਿਕਣਗੇ, ਕੋਸ਼ਿਸ਼ ਕਰੋ ਜਿਹੜਾ ਬੰਦਾ ਇੱਥੇ ਅੱਛਾ, ਜਿਹੜੇ ਉਹਨਾਂ ਨੇ ਉਹਨਾਂ ਕਾਨੂੰਨ ਕਾਇਦੇ ਬਣਾਏ ਨੇ ਉਹਨਾਂ ਦੇ ਮੁਤਾਬਕ ਕਰੋ, ਕਿਉਂਕਿ ਅਸਾਂ ਵੀ ਕੋਸ਼ਿਸ਼ ਕੀਤੀ ਹੈ ਇੱਥੇ ਆਉਣ ਸਾਨੂੰ ਜ਼ਿਆਦਾ, ਤੁਸੀਂ ਵੀਡੀਓ ਨਾ ਬਣਾਏ ਬਹੁਤ ਜ਼ਿਆਦਾ, ਕਿਉਂਕਿ ਕੁਝ ਟਿਕਟੋਕਰਾਂ ਦੀ ਵਾਹ ਤੋਂ ਉਹਨਾਂ ਥੋੜ੍ਹੀ ਪਾਬੰਦੀ ਲਾਈ ਹੈ। ਇਹ ਤਾਂ ਕਿਸ ਸਕਦੇ ਹਾਂ ਤੁਸੀਂ ਕਿ ਅਸਾਂ ਕੋਸ਼ਿਸ਼ ਕਰਨੀ ਹੈ ਵੀ ਸਾਰੇ ਵਿਊ ਜਿਹੜੀਆਂ ਮੇਨ ਮੇਨ ਜਗ੍ਹਾ ਉਹਨਾਂ ਸਾਰਾ ਕੁਝ ਦੱਸਣੇ ਆ ਵੀ ਉਸਨੇ ਲੱਗੇ ਵੇ ਤੁਸੀਂ ਤੱਕ ਹੀ ਸਕਦੇ ਹੋ। ਇਹ ਦੇਖੋ ਸਾਡੇ ਸਿੱਖ ਭਰਾ ਵੀ ਇੱਥੇ ਕਾਫੀ ਆਏ। ਇਹ ਦੇਖੋ ਜੀ, ਮੈਂ ਤਾਂ ਵੀਰਾ ਵੀ ਦੇਖੋ ਸਿੱਖ ਭਾਈ ਇਸ ਨੂੰ ਜਾਈ ਨੇ ਵਾਪਸ, ਇੱਥੋਂ ਬਸ ਤੁਸੀਂ ਵਿਊ ਮਾਰ ਹੀ ਰਹੇ ਹਾਂ ਜੀ, ਕਰਤਾਰਪੁਰ ਨੂੰ ਵਿਊ ਦੱਸੀ ਰਹੇ ਹਾਂ। ਤਾਂ ਆਓ ਅਸਾਂ ਸਾਰੇ ਭੈਣ ਭਰਾਵਾਂ ਹੀ ਆਸਾਂ, ਅੱਛੋ ਤੱਕੋ, ਬੜਾ ਸੋਹਣਾ ਗੁਰਦੁਆਰਾ ਇੱਥੇ ਮੰਨਤੇ ਆ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੂੰ।
ਹੁਣ ਅਸੀਂ ਜੁਲਨੇ ਹਾਂ ਅੱਗੇ ਆਸਤਾ ਆਸਤਾ ਅਸੀਂ ਜੁਲਨੇ ਹਾਂ ਅੱਗੇ ਅਸੀਂ ਕੀ ਖੂਹ ਵੀ ਦੱਸਣੇ ਹਾਂ ਉਸ ਦੌਰ ਨਾਲ ਜੀ ਇਹ ਤਾਂ ਕਿਸੇ ਕੋਲ ਜਨਾਬ ਹੈ ਖੂਹ ਹੈ ਜਨਾਬ ਉਸੇ ਹਾਲਤ ਹੀ 'ਚ ਹੈ ਜਿਸ ਟਾਈਮ ਗੁਰੂ ਨਾਨਕ ਸਾਹਿਬ ਜੀ ਨਾਲ ਤੂੰ ਪਾਣੀ ਭਰਨਾ ਜੇ ਜਨਾਬ ਅਸਾਂ ਵੀ ਤਾਂ ਬੜੀ ਖੁਸ਼ੀ ਹੋਈ ਹੈ ਬੜਾ ਚੰਗਾ ਲੱਗਾ ਇੱਥੇ ਅੱਛੀ ਦਾ ਤੁਸਾਂ ਭਰਾਵਾਂ ਕੀ ਵੀ ਤਾਂ ਆਪਣੇ ਵਿਊਜ਼ ਕੀ ਆਸਾਂ ਜ਼ਰੂਰ ਅੱਛੋ ਬੜਾ ਸੋਹਣਾ ਗੁਰਦੁਆਰਾ ਮੰਨਤੇ ਆ ਅੱਛੋ ਤੱਕੋ ਹੀ ਸੀ ਬਹੁਤ ਬੜਾ ਖਾਤਾ ਜੀ ਇਤਨਾ ਬੜੀ ਜਗ੍ਹਾ ਵਾ ਆਰਾਮ ਸਕੂਨ ਨਾਲ ਅਸੀਂ ਫੇਰੀ ਸਕਦੇ ਹਾਂ ਜਨਾਬ ਅੱਗੇ ਪਿੱਛੇ ਹੁਣ ਅਸੀਂ ਜੁਲਨੇ ਹਾਂ ਉੱਧਰ ਸੰਗੀ ਲੰਗਰ ਖਾਣੇ ਵਾਲੀ ਸ਼ਹਿਰ ਜੁਲਨੇ ਹਾਂ ਉਹ ਸੰਗੀ ਦੱਸਣੇ ਹਾਂ ਲੰਗਰ ਖਾਣੇ ਨੇ ਅੰਦਰ ਵੀਡੀਓ ਨਹੀਂ ਬਣਾਈ ਸਕਣੇ ਕਿਉਂਕਿ ਅੰਦਰ ਬਿਲਕੁਲ ਫੋਨ ਨਹੀਂ ਹਾਲਾ ਉਹ ਇਹ ਤੱਕ ਲੰਗਰ ਖਾਣਾ ਸੀ ਸਾਰਾ ਲੰਗਰ ਖਾਣਾ ਜਨਾਬ ਅੰਦਰ ਇਹ ਜਨਾਬ ਅਸਾਂ ਵਾਪਸ ਗੱਡੀ ਬਹਿ ਗਏ ਹਾਂ ਵਾਪਸ ਜੁਲੇ ਹਾਂ ਜਨਾਬ ਕਰਤਾਰਪੁਰ ਫਿਰੇ ਹਾਂ ਅੰਦਰ ਅਸੀਂ ਤਾਂ ਬੜਾ ਮਜ਼ਾ ਆਇਆ ਸਭ ਕੁਝ ਬਿਹਤਰੀਨ ਸੀ ਹਰ ਚੀਜ਼ ਗਾਈਡੈਂਸ ਤੁਸੀਂ ਕਰਨੇ ਸਨ ਪੇ ਲੱਗੇ ਵੀ ਅੰਦਰ ਇਹ ਤਾਂ ਕੋ ਬੱਸ ਵੀ ਆਈ ਰਹੀ ਹੈ ਜਨਾਬ ਜਿਹੜੀ ਕਰਤਾਰਪੁਰ ਜਾਈ ਰਹੀ ਹੈ ਐਸਾ ਦਾ ਜਨਾਬ ਹੈ ਨਿੱਕੀਆਂ ਗੱਡੀਆਂ ਹੀ ਬੈਠੇ ਹਾਂ ਤਾਂ ਵਾਪਸ ਪਾਰਕਿੰਗ ਹੀ ਜਾਈ ਰਹੇ ਹਾਂ ਉਮੀਦ ਕਰਦੇ ਹਾਂ ਸਾਡੇ ਭੈਣ ਭਰਾਵਾਂ ਕਿ ਇਹ ਬਲਾਕ ਬੜਾ ਪਸੰਦ ਆਇਆ ਉਸ ਖਾਸ ਕਰ ਸਾਡੇ ਜਿਹੜੇ ਸਿੱਖ ਭੈਣ ਭਰਾ ਪਾਕਿਸਤਾਨ ਜਾਂ ਇੰਡੀਆ 'ਚ ਉਮੀਦ ਹੋਣਾ ਕਿ ਇਹ ਬਲੋਕ ਸਾਨੂੰ ਬੜਾ ਪਸੰਦ ਆਇਆ ਉਸ